ਰਾਹੁਲ ਗਾਂਧੀ ਦੇ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਨੂੰ ਘੇਰਦੇ ਹੋਏ ਕਾਂਗਰਸੀ ਨੇ ਸੜਕਾਂ 'ਤੇ ਨੇ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਰਵਨੀਤ ਬਿੱਟੂ ਦਾ ਪੁਤਲਾ ਹੱਥ ਦੇ ਵਿੱਚ ਲੈ ਕੇ ਔਰ ਬੀਜੇਪੀ ਮੁਰਦਾਬਾਦ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਬਠਿੰਡਾ ਦੀਆਂ ਨੇ, ਬਠਿੰਡਾ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਕਾਰਕੁਨ ਨੇ ਉਹ ਬੀਜੇਪੀ ਮੁਰਦਾਬਾਦ ਅਤੇ ਰਵਨੀਤ ਮਿੱਟੂ ਮੁਰਦਾਬਾਦ ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਦਿੱਤੀ ਗਈ ਸੀ, ਤਾਂ ਕਰਕੇ ਆਪਾਂ ਗੱਲਬਾਤ ਵੀ ਕਰਦੇ ਹਾਂ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ, ਬੜੇ ਗੁੱਸੇ 'ਚੋਂ, ਨਾਰਾਜ਼ਗੀ ਕੀ ਹੈ? ਨਾਰਾਜ਼ਗੀ ਇਹ ਹੈ ਜੀ, ਕਾਂਗਰਸ ਪਾਰਟੀ ਨੇ ਬਿੱਟੂ ਨੂੰ ਕੂੜਾ ਆੜੇ ਦਾ ਕਾਇਦਾ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਤੱਕ ਲੈ ਗਏ, ਪੰਜਵੀਂ ਤੋਂ ਬਾਅਦ ਉਹਨੂੰ ਕਿਤਾਬਾਂ ਪੜ੍ਹਾ ਕੇ ਦਸਵੀਂ ਤੱਕ ਲੈ ਗਏ, ਦਸਵੀਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨੂੰ BA ਕਰਾਤੀ, BA ਕਰਾਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨੂੰ MA ਕਰਾਤੀ। ਜਿਹੜੇ ਲੀਡਰ ਦੇ ਉਹ ਪੈਰੀ ਹੱਥ ਲਾਉਂਦਾ ਸੀ, ਜਿਹੜੇ ਲੀਡਰ ਦੀਆਂ ਰੋਜ਼ ਗੱਲਾਂ ਕਰਦਾ ਸੀ, ਰੋਜ਼ ਤਾਰੀਫਾਂ ਕਰਦਾ ਸੀ, ਅੱਜ ਇਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿੰਦਾ। ਇਸ ਲਈ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਬਿੱਟੂ ਦੇ ਉੱਤੇ ਪਰਚੇ ਦਰਜ ਕਰਾਵਾਂਗੇ ਪੁਲਿਸ ਦੇ, ਅਤੇ ਕੋਰਟ ਦੇ ਵਿੱਚ ਅਸੀਂ ਕੇਸ ਕਰਾਂਗੇ। ਜੇ ਇਹਨਾਂ ਨੇ ਨਾ ਕੋਈ ਕਾਰਵਾਈ ਕੀਤੀ ਤਾਂ ਕਾਂਗਰਸ ਦਾ ਇੱਕ ਇੱਕ ਵਰਕਰ ਗ੍ਰਿਫਤਾਰੀ ਦੇਵੇਗਾ। ਤੁਸੀਂ ਨਾਲ ਵਕੀਲ ਵੀ ਹੋ ਇੱਕ ਲੀਡਰ ਦੇ ਨਾਂ 'ਤੇ, ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ, ਕੀ ਲੱਗਦਾ ਇਸ ਮਾਮਲੇ 'ਚ ਕੀ ਹੋਵੇ? ਅੱਜ ਮਲਿਕਾਰਜੁਨ ਖੜਕੇ ਜੀ ਦੇ ਦਿਸ਼ਾ ਨਿਰਦੇਸ਼ 'ਤੇ ਅਜੇ ਮਾਕਨ ਜੀ, ਅੱਜ ਦਿੱਲੀ ਪੁਲਿਸ ਕੋਲ ਉੱਥੋਂ ਦੇ ਥਾਂ 'ਤੇ ਸਾਰੇ ਡੈਪੂਟੇਸ਼ਨ ਨਾਲ ਪਰਚਾ ਦਰਜ ਕਰਾਉਣ ਵਾਸਤੇ ਦਰਖਾਸਤ ਲੈ ਕੇ ਗਏ ਹੈ। ਸਾਨੂੰ ਉਮੀਦ ਹੈ ਕਿ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਹੜੇ ਲੋਕ ਸੱਚਾਈ ਦੀਆਂ ਅਤੇ ਆਮ ਗੱਲਾਂ ਕਰਦੇ ਸੀ, ਉਹ ਇਹਨਾਂ ਜਿਹੜੇ ਧਮਕੀਆਂ, ਗਲਾ ਲਾਉਣ ਵਾਲੀ, ਮਾਰਨ ਵਾਲੀ, ਜੀਭ ਕੱਟਣ ਵਾਲੀਆਂ ਗੱਲਾਂ ਕਰਦੇ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਨਗੇ। ਕੀ ਲੱਗਦਾ ਸਰ, ਭਾਜਪਾ ਨੂੰ ਨਹੀਂ ਸਿਰਫ ਬਿੱਟੂ ਨੂੰ, ਹਰੇਕ ਲੀਡਰਾਂ ਨੂੰ ਭਾਸ਼ਾ ਦੀ ਮਰਿਆਦਾ ਦਾ ਪਾਠ ਪੜ੍ਹਨਾ ਚਾਹੀਦਾ, ਕੀ ਲੱਗ ਰਿਹਾ? ਸਾਡੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਜੀ, ਉਹਨਾਂ ਨੇ ਕੱਲ੍ਹ ਇੱਕ ਪ੍ਰੈਸ ਰਿਲੀਜ਼ ਵੀ ਕੀਤੀ ਹੈ, ਅਤੇ ਨਰਿੰਦਰ ਮੋਦੀ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਜਿਹੜੇ ਇਹੋ ਜਿਹੀ ਮਰਿਆਦਾ ਵਾਲੇ ਸ਼ਬਦ ਹੈ, ਜਿਹੜੇ 'ਚ ਮਰਿਆਦਾ ਨਹੀਂ ਹੈ, ਉਹ ਆਪਦੇ ਲੀਡਰਾਂ ਨੂੰ ਕਹਿਣ ਕਿ ਭਾਈ ਉਹਨਾਂ ਨੂੰ ਅਡੋਪਟ ਕਰਨ। ਸਰਕਾਰਾਂ ਬਦਲਦੀਆਂ ਰਹਿੰਦੀਆਂ, ਸਮਾਂ ਬਦਲਦਾ ਰਹਿੰਦਾ, ਪਰ ਅਪ ਸ਼ਬਦ ਅਤੇ ਭੱਦੀ ਸ਼ਬਦਾਵਲੀ ਅਤੇ ਜਾਨਲੇਵਾ ਸ਼ਬਦਾਵਲੀਆਂ ਦੀ ਗੱਲ ਕਰਨੀਆਂ, ਇਹ ਸਾਨੂੰ ਮਹਾਤਮਾ ਗਾਂਧੀ ਜੀ, ਸਾਨੂੰ ਜਵਾਹਰ ਲਾਲ ਨਹਿਰੂ ਜੀ ਅਤੇ ਇੰਦਰਾ ਗਾਂਧੀ ਜੀ ਉਹਨਾਂ ਨੇ ਨਹੀਂ ਸਿਖਾਇਆ, ਉਹਨਾਂ ਨੇ ਹਮੇਸ਼ਾ ਹਰੇਕ ਦਾ ਸਨਮਾਨ ਕਰਨਾ ਸਿਖਾਇਆ। ਬਿਲਕੁਲ ਗੁੱਸੇ 'ਚ ਨੇ ਕਾਂਗਰਸੀ, ਕਹਿ ਰਹੇ ਆ ਕਿ ਵਿਰੋਧ ਕਰ ਰਹੇ ਆ, ਪੁਤਲੇ ਸਾੜ ਰਹੇ ਆ ਰਵਨੀਤ ਬਿੱਟੂ ਤੋਂ ਲੈ ਕੇ ਭਾਜਪਾ ਦੇ, ਕਹਿ ਰਹੇ ਕਿ ਉਹਨਾਂ ਦੇ ਖਿਲਾਫ਼ ਮਾਮਲਾ ਹੈ ਜਿਹੜਾ ਉਹ ਦਰਜ ਹੋਣਾ ਚਾਹੀਦਾ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।